ਤੌਰ ਤੇ ਸਪਸ਼ਟੀਕਰਨ ਮੰਗਿਆ ਗਿਆ ਹੈ। ਨਿੱਜੀ ਤੌਰ ਤੇ ਪੇਸ਼ ਹੋ ਕੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਹੋਏਗਾ। ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਨੂੰ ਦੱਸ ਦਈਏ ਕਿ ਜਗੀਰ ਕੌਰ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਿਲੀਆਂ, ਕਈ ਸ਼ਿਕਾਇਤਾਂ ਮਿਲੀਆਂ ਧੀ ਦੇ ਕਤਲ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ। ਮਰਿਆਦਾ ਦੇ ਉਲਟ ਜਾ ਕੇ ਰੋਮਾਂ ਦੀ ਬੇਅਦਬੀ ਦੀ ਵੀ ਸ਼ਿਕਾਇਤ ਕੀਤੀ ਗਈ ਹੈ ਤਾਂ ਕਈ ਸਿੱਖ ਜਥੇਬੰਦੀਆਂ ਨੇ ਦੱਸ ਦਈਏ ਕਿ ਸ਼ਿਕਾਇਤ ਕੀਤੀ ਹੈ। ਔਰ ਸਾਰੀ ਘਟਨਾਕ੍ਰਮ ਜਿਹੜਾ ਹੈ ਇਹ 2000 ਦਾ ਹੈ, ਜਦੋਂ ਸ਼ੱਕੀ ਹਾਲਾਤਾਂ ਦੇ ਵਿੱਚ ਬੀਬੀ ਜਗੀਰ ਕੌਰ ਦੀ ਧੀ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਜਿਹੜਾ ਹੈ ਉਹ ਕੇਸ ਚੱਲਿਆ ਤਾਂ ਉਸਦੇ ਵਿੱਚ ਸਜ਼ਾ ਵੀ ਹੋਈ ਔਰ ਉਸ ਤੋਂ ਬਾਅਦ ਦੁਬਾਰਾ ਜਦੋਂ ਉਹਨਾਂ ਨੇ ਕੋਰਟ ਦਾ ਹਾਈਕੋਰਟ ਦਾ ਰੁਖ ਕੀਤਾ ਤਾਂ ਫਿਰ ਉਸਦੇ ਵਿੱਚ ਬਰੀ ਵੀ ਹੋਏ। ਪਰ ਮਾਮਲਾ ਜਿਹੜਾ ਹੈ ਅਸੀਂ ਕਹਿ ਸਕਦੇ ਹਾਂ ਕਿ ਬਿਲਕੁਲ ਨਾਲ ਜੁੜਿਆ ਹੀ ਰਹਿੰਦਾ ਹੈ, ਬੇਸ਼ੱਕ ਉਹ ਕੋਈ ਵੀ ਸ਼ਖਸ ਹੋਵੇ, ਖਾਸ ਤੌਰ 'ਤੇ ਇਸ ਕਿਸਮ ਦੇ ਇਲਜ਼ਾਮ ਹੋਣ ਜੇਕਰ। ਤਾਂ ਰਾਜੀਵ ਸ਼ਰਮਾ ਨੇ ਮੇਰੇ ਸਹਿਯੋਗੀ ਫੋਨਲਾਈਨ 'ਤੇ, ਰਾਜੀਵ ਲਿਖਤੀ ਤੌਰ 'ਤੇ ਸਪਸ਼ਟੀਕਰਨ ਦੇਣਾ ਹੋਏਗਾ ਖੁਦ ਪੇਸ਼ ਹੋ ਕੇ ਬੀਬੀ ਜਗੀਰ ਕੌਰ ਔਰਾਂ ਨੂੰ, ਹੋਰ ਵਧੇਰੇ ਕੀ ਜਾਣਕਾਰੀ ਹੈ? ਬਿਲਕੁਲ, ਕਿਉਂਕਿ ਅਕਾਲ ਤਖ਼ਤ ਸਾਹਿਬ ਸਰਵਉੱਚ ਜੋ ਹੈ ਸਿੱਖਾਂ ਦਾ ਸਭ ਤੋਂ ਉੱਚਾ ਤਖ਼ਤ ਹੈ, ਤਾਂ ਉੱਥੋਂ ਦੇ ਜਥੇਦਾਰ ਵੱਲੋਂ ਕਿਸੇ ਸਾਬਕਾ ਮੰਤਰੀ, ਹਾਲਾਂਕਿ ਜਦੋਂ ਸਾਬਕਾ ਮੰਤਰੀਆਂ ਦੀ ਸੂਚੀ ਦੇ ਵਿੱਚ ਬੀਬੀ ਜਗੀਰ ਕੌਰ ਦਾ ਨਾਮ ਆਇਆ ਸੀ ਤਾਂ ਉਹ ਸਭ ਤੋਂ ਪਹਿਲਾਂ ਸਪਸ਼ਟੀਕਰਨ ਦੇਣ ਪਹੁੰਚੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਬਹੁਤ ਘੱਟ ਸਮਾਂ ਜੋ ਹੈ ਮੰਤਰੀ ਹੁੰਦਿਆਂ ਜਿਹੜਾ ਕਾਰਜਕਾਲ ਉਹਨਾਂ ਦਾ ਬਹੁਤ ਥੋੜਾ ਸੀ, ਇਸ ਕਰਕੇ ਉਹਨਾਂ ਦਾ ਡੇਰਾ ਰਾਮ ਰਹੀਮ ਨੂੰ ਮਾਫੀ ਦੇਣ ਜਾਂ ਹੋਰ ਮਾਮਲਿਆਂ ਦੇ ਵਿੱਚ ਕੋਈ ਵੀ ਵਾਹ ਵਾਸਤਾ ਨਹੀਂ ਹੈ। ਪਰ ਹੁਣ ਇੱਕ ਨਵਾਂ ਜਿਹੜਾ ਜਿਹੜੀ ਸ਼ਿਕਾਇਤ ਉੱਥੇ ਪਹੁੰਚੀ ਸੀ ਕੁਝ ਦਿਨ ਪਹਿਲਾਂ, ਕੁਝ ਲੋਕ ਉੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਔਰ ਬੀਬੀ ਜਗੀਰ ਕੌਰ ਦੇ ਉੱਤੇ ਜਿਹੜਾ ਉਹਨਾਂ ਦੀ ਆਪਣੀ ਹੀ ਬੇਟੀ ਦੇ ਕਤਲ ਦਾ ਮਾਮਲਾ ਜੋ ਕਿ ਅਦਾਲਤ ਦੇ ਵਿੱਚ ਹਾਲੇ ਵਿਚਾਰ ਅਧੀਨ ਹੈ ਤਾਂ ਉਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ। ਤਾਂ ਹੁਣ ਅਕਾਲ ਤਖ਼ਤ ਸਾਹਿਬ ਵੱਲੋਂ ਬੀਬੀ ਜਗੀਰ ਕੌਰ ਨੂੰ ਲਿਖਤੀ ਜਿਹੜਾ ਸਪਸ਼ਟੀਕਰਨ ਹੈ ਉਹ ਦੇਣ ਦੇ ਲਈ ਕਿਹਾ ਗਿਆ ਤਾਂ ਬਹੁਤ ਜਲਦ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਹੁਤ ਜਲਦ ਬੀਬੀ ਜਗੀਰ ਕੌਰ ਜੋ ਹੈ ਆਪਣਾ ਪੱਖ ਜੋ ਹੈ ਉਹ ਅਕਾਲ ਤਖ਼ਤ ਸਾਹਿਬ ਦੇ ਲਿਖਤੀ ਰੂਪ ਦੇ ਵਿੱਚ ਦੇ ਸਕਦੇ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸਪਸ਼ਟੀਕਰਨ ਤੇ ਕੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਚਾਰ ਚਰਚਾ ਕੀਤੀ ਜਾਂਦੀ ਹੈ, ਕਈ ਬੀਬੀ ਜਗੀਰ ਕੌਰ ਦੇ ਖਿਲਾਫ਼ ਵੀ ਕੋਈ ਧਾਰਮਿਕ ਕਾਰਵਾਈ ਕੀਤੀ ਜਾਂਦੀ, ਇਹ ਹੁਣ ਦੇਖਣ ਵਾਲੀ ਗੱਲ ਹੋਏਗੀ। ਪਰ ਹੁਣ ਸਭ ਤੋਂ ਪਹਿਲਾਂ ਇਹ ਦੇਖਣਾ ਹੋਏਗਾ ਕਿ ਬੀਬੀ ਜਗੀਰ ਕੌਰ ਵੱਲੋਂ ਇਸ ਪੱਤਰ ਦਾ ਜਿਹੜਾ ਜਵਾਬ ਹੈ ਉਹ ਕਦੋਂ ਦਿੱਤਾ ਜਾਂਦਾ ਹੈ। ਜੀ ਗੁਰਜੋ, ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ ਰਾਜੀਵ, ਜਿਸ ਕਿਸਮ ਦੇ ਨਾਲ ਪਿਛਲੇ ਸਮਿਆਂ 'ਚ ਜਦੋਂ ਬਿਆਨਬਾਜ਼ੀ ਵੀ ਹੁੰਦੀ ਹੈ ਅਕਾਲ ਤਖ਼ਤ, ਮਾਫ਼ ਕਰਿਓ, ਅਕਾਲੀ ਦਲ ਔਰ ਦੂਜੇ ਪਾਸੇ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਉਹ ਬਿਆਨਬਾਜ਼ੀ ਕਰਦੇ ਨੇ, ਤਾਂ ਉਸ ਨੂੰ ਲੈ ਕੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਤੋਂ ਗੁਰੇਜ਼ ਕੀਤਾ ਜਾਵੇ ਔਰ ਹੁਣ ਇੱਕ ਇੱਕ ਜਿਹੜੇ ਅਸੀਂ ਕਹਿ ਸਕਦੇ ਹਾਂ ਆਗੂ ਨੇ ਉਹਨਾਂ ਨੂੰ ਲੈ ਕੇ ਜੇਕਰ ਸ਼ਿਕਾਇਤ ਗਈ ਹੈ ਤਾਂ ਉਸ ਸੰਦਰਭ ਦੇ ਵਿੱਚ ਵੀ ਕਾਰਵਾਈ ਹੋ ਰਹੀ ਹੈ ਔਰ ਜੇਕਰ ਦੇ ਵਿੱਚ ਇਹ ਵੀ ਜ਼ਿਕਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਵੀ ਕਰਾਰ ਦਿੱਤਾ ਗਿਆ ਸੀ, ਜਿਸ ਕਿਸਮ ਦੀਆਂ ਗਲਤੀਆਂ ਉਸ ਵੇਲੇ ਦੀ ਸਰਕਾਰ ਦੇ ਵਿੱਚ ਹੋਈਆਂ ਸਨ। ਦੇਖੋ, ਲਾਜ਼ਮੀ ਤੌਰ ਤੇ ਕਿਉਂਕਿ ਬੀਬੀ ਜਗੀਰ ਕੌਰ ਲੰਮਾ ਸਮਾਂ ਅਕਾਲੀ ਦਲ ਦਾ ਹਿੱਸਾ ਰਹੇ ਨੇ ਔਰ ਹੁਣ ਉਹਨਾਂ ਵੱਲੋਂ ਅਕਾਲੀ ਦਲ ਸੁਧਾਰ ਲਹਿਰ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ, ਲਗਾਤਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਔਰ ਜਿਹੜੇ ਲੋਕ ਹੁਣ ਅਕਾਲੀ ਦਲ ਦੇ ਨਾਲ ਨੇ ਅੱਜ ਵੀ ਉਹਨਾਂ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਤਾਂ ਲਾਜ਼ਮੀ ਤੌਰ ਤੇ ਜਦੋਂ ਜਿਹੜੇ ਲੋਕ ਉਸ ਪਾਰਟੀ ਦੇ ਹੱਕ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਚੀਜ਼ਾਂ ਬੁਰੀਆਂ ਲੱਗਦੀਆਂ ਨੇ, ਤਾਂ ਜਿਹੜੇ ਲੋਕ ਇਸ ਵੇਲੇ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਨੇ ਲਾਜ਼ਮੀ ਤੌਰ ਤੇ ਉਹਨਾਂ ਵੱਲੋਂ ਹੀ ਇਹ ਜਿਹੜੀ ਸ਼ਿਕਾਇਤ ਹੈ ਉਹ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਗਈ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਪਾਰਟੀ ਦਾ ਹਿੱਸਾ ਰਹੇ ਹੁੰਦੇ ਹੋ, ਉਸ ਪਾਰਟੀ ਦੇ ਵਿੱਚ ਤੁਹਾਨੂੰ ਵੱਡੇ ਅਹੁਦੇ ਮਿਲੇ ਹੁੰਦੇ ਨੇ, ਤਾਂ ਉਸ ਦੇ ਉੱਤੇ ਜਦੋਂ ਸਵਾਲ ਖੜੇ ਕੀਤੇ ਜਾਂਦੇ ਨੇ ਤਾਂ ਜਿਹੜੇ ਲੋਕ ਉਸਦੇ ਹੱਕ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਤਾਂ ਇਸ ਕਰਕੇ ਹੁਣ ਉਹਨਾਂ ਵੱਲੋਂ ਵੀ ਇਹ ਸਵਾਲ ਖੜਾ ਕੀਤਾ ਗਿਆ ਕਿ ਬੀਬੀ ਜਗੀਰ ਕੌਰ ਵੱਲੋਂ ਜਿਹੜੇ ਰੋਮ ਨੇ ਉਹ ਕਤਲ ਕੀਤੇ ਜਾਂਦੇ ਨੇ, ਉਸ ਤੋਂ ਇਲਾਵਾ ਜਿਹੜਾ ਬੇਟੀ ਦੇ ਕਤਲ ਦਾ ਵੱਡਾ ਇਲਜ਼ਾਮ ਸੀ, ਤਾਂ ਉਹਨਾਂ ਦਾ ਕਹਿਣਾ ਕਿ ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਖਿਲਾਫ਼ ਅੱਜ ਤੱਕ ਧਾਰਮਿਕ ਜਿਹੜੀ ਕਾਰਵਾਈ ਕੋਈ ਵੀ ਨਹੀਂ ਹੋਈ, ਇਸ ਕਰਕੇ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਦੇ ਖਿਲਾਫ਼ ਕੋਈ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਰਾਜੀਵ ਤਮਾਮ ਜਾਣਕਾਰੀ ਲਈ। ਤਾਂ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਸਫ਼ਾਈ ਦੇਣੀ ਹੋਏਗੀ, ਖੁਦ ਪੇਸ਼ ਹੋ ਕੇ ਲਿਖਤੀ ਤੌਰ 'ਤੇ ਸਪਸ਼ਟੀਕਰਨ ਦੇਣਾ ਹੋਏਗਾ।